ਕਿਸਾਨ ਵੀਰੋ, ਅੱਜ ਆਪਾਂ ਪੱਤਾ ਲਪੇਟ ਸੁੰਡੀ ਬਾਰੇ ਗੱਲ ਕਰਦੇ ਹਾਂ। ਇਹ ਸੁੰਡੀ ਹਰੇ ਰੰਗ ਦੀ ਹੁੰਦੀ ਹੈ, ਇਹਦੀ ਪਹਿਚਾਣ ਇਹ ਹਰੇ ਰੰਗ ਦੇ ਪੱਤਿਆਂ ਦੇ ਉੱਪਰ ਰਹਿੰਦੀ ਹੈ ਅਤੇ ਇਹ ਝੋਨੇ ਦੇ ਉੱਤੇ ਅਟੈਕ ਕਿਵੇਂ ਕਰਦੀ ਹੈ, ਝੋਨੇ ਨੂੰ ਉਹਦੇ ਝੋਨੇ ਦੇ ਪੱਤੇ ਇਕੱਠੇ ਕਰ ਲੈਂਦੀ, ਸਮੇਟ ਲੈਂਦੀ, ਆਸ ਵੀ ਇਹਦੀ ਇਕੱਠੇ ਕਰ ਲੈਂਦੀ ਹੈ ਅਤੇ ਰਹਿੰਦੀ ਵਿੱਚ ਹੀ ਹੈ ਉਹਦੇ। ਦੂਜੀ ਗੱਲ ਇਹ ਹੈ ਵੀ ਇਹਦਾ ਅਟੈਕ ਜਦੋਂ ਜ਼ਿਆਦਾ ਆਉਂਦਾ ਹੈ ਅਤੇ ਪੱਤੇ ਦਾ ਰਸ ਚੂਸ ਲੈਂਦੀ ਹੈ, ਪੱਤੇ ਰਸ ਚੂਸ ਦੇ ਨਾਲ ਇਹਦੇ ਪੱਤੇ ਜਿਹੜੇ ਚਿੱਟੇ ਹੋ ਜਾਂਦੇ ਅਤੇ ਧਾਰੀਆਂ ਪੈ ਜਾਂਦੀਆਂ ਚਿੱਟੇ ਚਿੱਟੇ, ਆਪਾਂ ਨੂੰ ਦੂਰੋਂ ਪਤਾ ਲੱਗਦਾ ਵੀ ਪੱਤਾ ਲਪੇਟ ਸੁੰਡੀ ਆ ਗਈ, ਬਹੁਤ ਦੂਰੋਂ ਪਤਾ ਲੱਗਣ ਲੱਗ ਜਾਂਦਾ ਆਪਾਂ ਨੂੰ, ਵਾਈਟ ਹੋ ਜਾਂਦਾ ਆਪਣਾ ਖੇਤ ਉੱਪਰ, ਚਿੱਟਾ ਹੋ ਜਾਂਦਾ। ਕਿਸਾਨ ਵੀਰੋ, ਇਹਦਾ ਪੱਤਾ ਲਪੇਟ ਸੁੰਡੀ ਦਾ ਅਟੈਕ ਜ਼ਿਆਦਾ ਅਗਸਤ ਦਸੰਬਰ ਦੇ ਸੰਨ ਵਿਚਾਲੇ ਜੇ ਇਹਦਾ ਅਟੈਕ ਜ਼ਿਆਦਾ ਹੁੰਦਾ, ਜੋ ਝੋਨਾ ਗੋਭ ਵੱਲ ਜਾਂਦਾ ਤਾਂ ਇਹਦਾ ਫਿਰ ਜ਼ਿਆਦਾ ਨੁਕਸਾਨ ਹੁੰਦਾ। ਜਦੋਂ ਆਪਣਾ ਖੇਤ ਕਿਸਾਨ ਵੀਰੋ ਜ਼ਿਆਦਾ ਅਟੈਕ ਆਉਣ ਨਾਲ ਚਿੱਟਾ ਹੋ ਜਾਂਦਾ, ਫਿਰ ਆਪਣੇ ਝੋਨੇ ਦੇ ਦਾਣਿਆਂ 'ਤੇ ਅਸਰ ਪਾਉਂਦੀ ਹੈ, ਜਾਂ ਝੋਨਾ ਆਪਣਾ ਨਿਸਰਤ ਦੇ ਵਿੱਚ ਫੋਕ ਬਣ ਜਾਂਦੀ ਹੈ, ਇਹਦੇ ਨਾਲ ਝੋਨੇ ਦਾ ਨੁਕਸਾਨ ਕਾਫੀ ਕਰ ਜਾਂਦੀ ਹੈ, ਜੇ ਆਪਾਂ ਕੰਟਰੋਲ ਨਾ ਕਰੀਏ ਝੋਨੇ ਦਾ ਨੁਕਸਾਨ ਬਹੁਤ ਜ਼ਿਆਦਾ ਕਰ ਜਾਂਦੀ ਹੈ। ਕਿਸਾਨ ਵੀਰੋ, ਹੁਣ ਮੈਂ ਤਾਂ ਦੱਸਦਾ, ਪਿਛਲੇ ਸਾਲ ਬਾਰਿਸ਼ ਘੱਟ ਹੋਈ, ਗਰਮੀ ਜ਼ਿਆਦਾ ਸੀ ਅਤੇ ਪੱਤਾ ਲਪੇਟ ਦਾ ਅਟੈਕ ਬਹੁਤ ਜ਼ਿਆਦਾ ਆਇਆ। ਕਿਸਾਨ ਵੀਰੋ, ਇੱਕ ਬਾਰਿਸ਼ ਦੀ ਗੱਲ ਤੁਹਾਨੂੰ ਮੈਂ ਦੱਸਦਾ ਇਸ ਪੱਤਾ ਲਪੇਟ ਸੁੰਡੀ ਬਾਰੇ, ਵੀ ਇਹ ਬਾਰਿਸ਼ ਵਿੱਚ ਕਿੱਦਾਂ ਮਰਦੀ ਹੈ। ਬਾਰਿਸ਼ ਵਿੱਚ ਐਡਾ ਮਰਦੀ ਹੈ ਕਿਸਾਨ ਵੀਰੋ, ਇਹ ਜਾਂ ਬਾਰਿਸ਼ ਉੱਤੋਂ ਆਉਂਦੀ ਹੈ ਅਤੇ ਥੱਲੇ ਡਿੱਗ ਪੈਂਦੀ ਹੈ, ਥੱਲੇ ਪਾਣੀ ਵਿੱਚ ਡਿੱਗਣ ਦੇ ਨਾਲ ਇਹ ਤੋਂ ਫਿਰ ਉੱਪਰ ਚੜ੍ਹ ਨਹੀਂ ਦਾ ਅਤੇ ਵਿੱਚ ਹੀ ਮਰ ਜਾਂਦੀ ਹੈ। ਬਾਰਿਸ਼ ਦਾ ਕਾਰਨ ਇਹ ਹੁੰਦਾ ਵੀ ਬਾਰਿਸ਼ ਜਦ ਪੈ ਤਾਂ ਪੱਤਾ ਲਪੇਟ ਸੁੰਡੀ ਦਾ ਅਟੈਕ ਇੱਕ ਵਾਰ ਖਤਮ ਹੋ ਜਾਂਦਾ ਹੈ। ਕਿਸਾਨ ਵੀਰੋ, ਹੋਰ ਤੁਹਾਨੂੰ ਮੈਂ ਗੱਲ ਦੱਸਦਾ ਪੱਤਾ ਲਪੇਟ ਸੁੰਡੀ ਬਾਰੇ, ਵੀ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਨਾ, ਉਹ ਪੱਤਾ ਲਪੇਟ ਸੁੰਡੀ ਨੂੰ ਮਾਰਨ ਵਾਸਤੇ, ਕੰਟਰੋਲ ਕਰਨ ਵਾਸਤੇ ਕਿਆਰਾ ਭਰ ਕੇ ਮੁੰਜ ਦੀ ਰੱਸੀ ਉੱਤੇ ਫੇਰ ਦਿੰਦੇ ਸੀ, ਇੱਕ ਇੱਧਰ ਤੁਰ ਜਾਂਦੀ ਸੀ, ਉੱਧਰੋਂ ਪੁੱਠਾ ਫਿਰ ਕਿਆਰੇ 'ਚ ਵਾਪਸ ਆ ਜਾਂਦੀ ਸੀ, ਇਹਦੇ ਨਾਲ ਨੀਚੇ ਗਿਰ ਜਾਂਦੀ ਸੀ, ਥੱਲੇ ਡਿੱਗ ਪੈਂਦੀ ਅਤੇ ਕਿਸਾਨ ਵੀਰੋ ਸੁੰਡੀ ਮਰ ਜਾਂਦੀ ਸੀ। ਪਹਿਲਾਂ ਬਜ਼ੁਰਗ ਆਪਣੇ ਇਹ ਤਕਨੀਕ ਵਰਤਦੇ ਆਏ, ਅੱਜ ਕੱਲ੍ਹ ਕਿਸਾਨ ਵੀਰੋ ਕੈਮੀਕਲ ਦਾ ਯੁੱਗ ਹੈ, ਅੱਜ ਕੱਲ੍ਹ ਕੈਮੀਕਲ ਲੋਕ ਵਰਤਦੇ ਆ ਸੁੰਡੀ ਵਾਸਤੇ। ਤੁਹਾਨੂੰ ਦੱਸਦੇ ਵੀ ਕਿਹੜੇ ਕੈਮੀਕਲ ਹੁੰਦੇ ਆ, ਇੱਕ ਤੋਂ ਕੋਰੋਜਨ ਆਉਂਦੀ ਹੈ ਸੇਮ, ਇਹ ਦਵਾਈਆਂ ਸੁੰਡੀ ਵਾਸਤੇ, ਇਹਨਾਂ ਦਾ ਰਿਜ਼ਲਟ ਵੀ ਚੰਗਾ ਹੈ, ਲੋਕ ਇਹਨਾਂ ਨੂੰ ਵਰਤਦੇ ਆ। ਕੋਰੋਜਨ ਦੀ ਡੋਜ਼ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਇੰਨੀ ਡੋਜ਼ ਪੈਂਦੀ ਹੈ, ਇਹਦੀ ਪ੍ਰਤੀ ਕਿੱਲਾ ਇਹ ਪੈਂਦੀ 60 ml ਕਿੱਲੇ ਦੀ ਡੋਜ਼ ਹੈ। ਜਿਹੜੀ ਹੈਗੀ ਫੇਮ ਜੀ, ਇਹ 20 ml ਕਿੱਲੇ ਦੀ ਡੋਜ਼ ਕਿਸਾਨ ਵੀਰੋ ਦੀ ਪੈਂਦੀ ਹੈ। ਅਤੇ ਕਿਸਾਨ ਵੀਰੋ, ਇੱਕ ਤੁਹਾਨੂੰ ਹੋਰ ਮੈਂ ਗੱਲ ਦੱਸਦਾ, ਪੁੰਨਿਆਂ ਦੇ ਆਪਾਂ ਏੜ ਗੇੜ ਜਦ ਆਪਾਂ ਕੋਈ 10 ਦਿਨ ਪਿੱਛੋਂ ਇਹਦੇ ਉੱਤੇ ਆਪਾਂ ਕੋਈ ਵੀ ਕੈਮੀਕਲ ਸਪਰੇਅ ਕਰੀਏ ਤਾਂ ਉਹਦਾ ਰਿਜ਼ਲਟ ਠੀਕ ਰਹਿੰਦਾ, ਵੀ ਉਦੋਂ ਸੁੰਡੀ ਜ਼ਿਆਦਾ ਅਟੈਕ ਕਰਦੀ ਹੈ ਅਤੇ ਉਹ ਮਰ ਜਾਂਦੀ ਹੈ।